ਸਮਾਣਾ ਸ਼ਹਿਰ 'ਚ ਟ੍ਰੈਫਿਕ ਪੁਲਿਸ ਲਗਾਤਾਰ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਉਸ ਤਹਿਤ ਜਿਹੜੇ ਟ੍ਰਿਪਲ ਰਾਈਡਿੰਗ ਹੈ, ਪਟਾਕੇ ਮਾਰਦੇ ਹੈ ਬੁਲਟ ਮੋਟਰਸਾਈਕਲ 'ਤੇ, ਅਤੇ ਬਾਜ਼ਾਰਾਂ ਵਿੱਚ ਜਿਹੜੇ ਲੋਕ ਦੁਕਾਨਾਂ ਕੇ ਮੂਹਰੇ ਕਾਰਾਂ ਖੜ੍ਹੀ ਕਰਕੇ ਜਾਂਦੇ ਹੈ, ਉਹਨਾਂ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ। ਦੁਕਾਨਦਾਰਾਂ ਨੂੰ ਵੀ ਅਪੀਲ ਕਰ ਰਹੀ ਹੈ ਪੁਲਿਸ ਵੀ ਪੁਲਿਸ ਦਾ ਸਹਿਯੋਗ ਕਰੋ। ਸਿਰਫ ਅਕੇਲੀ ਪੁਲਿਸ ਕੁਛ ਨਹੀਂ ਕਰ ਸਕਦੀ, ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਵੀ ਜੇ ਟ੍ਰਿਪਲ ਰਾਈਡਿੰਗ ਹੈ ਜਾਂ ਟਰੱਕ ਦੇ ਉੱਪਰ ਟਰਾਲਾ ਹੈ, ਟਰਾਲੇ ਦੇ ਉੱਤੇ ਸਿਰਫ ਇਕੱਲਾ ਡਰਾਈਵਰ ਜਾ ਰਿਹਾ, ਕੰਡਕਟਰ ਉਹਦੇ ਕੋਲ ਹੈ ਹੀ ਨਹੀਂ। ਜੇ ਇਸ ਤਰ੍ਹਾਂ ਬੜੇ ਬੜੇ ਟਰਾਲਿਆਂ ਦੇ ਉੱਤੇ ਕੰਡਕਟਰ ਨਹੀਂ ਹੋਏਗਾ ਤਾਂ ਹਾਦਸਾ ਹੋ ਸਕਦਾ, ਕਿਉਂਕਿ ਡਰਾਈਵਰ ਆਪਣੀ ਸਾਈਡ ਦੇਖੇਗਾ, ਦੂਜੀ ਸਾਈਡ ਕਿਸ ਤਰ੍ਹਾਂ ਮੰਨ ਲਓ ਉਸ ਨੂੰ ਟ੍ਰੈਫਿਕ ਨੂੰ ਆਪਣੀ ਗੱਡੀ ਨੂੰ ਕੱਢੇਗਾ। ਪੁਲਿਸ ਅਧਿਕਾਰੀ ਟ੍ਰੈਫਿਕ ਸਮਾਣਾ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਲੋਕ ਜਿਹੜੇ ਹੈਵੀ ਗੱਡੀ ਹੈ ਉਸ 'ਤੇ ਕੰਡਕਟਰ ਆਪਣਾ ਨਾਲ ਰੱਖਣ, ਔਰ ਬਾਜ਼ਾਰਾਂ ਦੇ ਵਿੱਚ ਜਿਹੜੇ ਬੁਲਟ ਮੋਟਰਸਾਈਕਲ ਚਲਾਉਣ ਵਾਲੇ ਹੈ ਉਹ ਪਟਾਕੇ ਨਾ ਵਜਾਉਣ, ਨਹੀਂ ਤਾਂ ਪੁਲਿਸ ਲਗਾਤਾਰ ਉਹਨਾਂ ਖਿਲਾਫ਼ ਕਾਰਵਾਈ ਕਰੇਗੀ। ਔਰ ਦੁਕਾਨਦਾਰ ਨੂੰ ਅਪੀਲ ਕਰਦੀ ਹੈ ਔਰ ਲੋਕਾਂ ਨੂੰ ਅਪੀਲ ਕਰਦੀ ਹੈ ਟ੍ਰੈਫਿਕ ਪੁਲਿਸ ਸਮਾਣਾ ਵੀ ਸਹਿਯੋਗ ਕੀਤਾ ਜਾਵੇ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਸ ਤੋਂ ਕੰਟਰੋਲ ਕੀਤਾ ਜਾ ਸਕੇ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਿਹੜੀ ਗੱਡੀ ਤੁਸੀਂ ਆਉਂਦੇ ਹੋ ਬਾਜ਼ਾਰ 'ਚ ਕਾਰਕੂ 'ਤੇ ਜਾਂ ਮੋਟਰਸਾਈਕਲ 'ਤੇ ਵਹੀਕਲ 'ਤੇ ਆਪਣੇ 'ਤੇ, ਵੀ ਤੁਸੀਂ ਉਹਨੂੰ ਪਹਿਲ ਦੇ ਆਧਾਰ 'ਤੇ ਸਾਈਡ 'ਤੇ ਲਾ ਕੇ ਆਓ ਜਾਂ ਪਾਰਕਿੰਗ ਕਰਕੇ ਆਓ, ਵੀ ਬਾਜ਼ਾਰਾਂ 'ਚ ਜਾਮ ਨਾ ਲੱਗੇ, ਟ੍ਰੈਫਿਕ ਜਾਮ ਨਾ ਹੋਵੇ। ਜੇ ਨਹੀਂ ਕੋਈ ਕਰਦਾ ਜੀ ਜਾਂ ਫਿਰ ਅਸੀਂ ਫਿਰ ਉਹਦੇ ਕਾਨੂੰਨੀ ਕਾਰਵਾਈ ਕਰਦੇ ਹਾਂ। ਦੁਕਾਨਦਾਰਾਂ ਨੂੰ ਇਹੀ ਅਪੀਲ ਆ ਵੀ ਜਦੋਂ ਵੀ ਤੁਹਾਡੀ ਦੁਕਾਨ ਦੇ ਅੱਗੇ ਕੋਈ ਕਾਰ ਪਾਰਕਿੰਗ ਕਰਦਾ ਤਾਂ ਉਹਨੂੰ ਤੁਸੀਂ ਉੱਥੋਂ ਰੋਕਿਆ ਕਰੋ, ਜੇ ਨਹੀਂ ਰੋਕਦੇ ਤਾਂ ਤੁਹਾਡੇ ਖਿਲਾਫ਼ ਕਾਰਵਾਈ ਹੋਊਗੀ। ਇਸ ਤਰ੍ਹਾਂ ਐਕਸ਼ਨ ਕਰਾਂਗੇ ਜੀ, ਚਲਾਣ ਕਰਾਂਗੇ ਜੀ ਇਹਨਾਂ ਦੇ, ਜੇ ਬਣਦੀ ਕਾਰਵਾਈ ਹੋਊਗੀ ਜ਼ਰੂਰ ਕਰਾਂਗੇ ਸਰ। ਕੀ ਕਹਿਣਾ ਚਾਹੁੰਦੇ ਹੋ ਇਹ ਲੋਕਾਂ ਨੂੰ, ਜਿਸ ਤਰ੍ਹਾਂ ਬੜੇ ਬੜੇ ਟਰਾਲੇ ਹੈ? ਇਹਨਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਭਾਈ ਤੁਸੀਂ ਆਪਣਾ ਇੱਕ ਹੈਲਪਰ ਰੱਖੋ, ਕੱਲ੍ਹ ਨੂੰ ਤੁਸੀਂ ਮੋੜ 'ਤੇ ਕਿਤੇ ਜਾਣਾ ਜਾਂ ਮੋੜਨੀ ਆ ਗੱਡੀ ਤਾਂ ਹੈਲਪਰ ਤੁਹਾਨੂੰ ਦੱਸ ਸਕੇ ਵੀ ਭਾਈ ਇੱਧਰ ਨੂੰ ਰਸਤਾ ਨਹੀਂ ਹੈਗਾ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਰ, ਸਿੱਖ ਸਮਾਣਾ ਨਿਊਜ਼।